ਦੀਵਾਲੀ ਦਾ ਤਿਉਹਾਰ ਆ ਰਿਹਾ ਵਾ, ਉਹਦੇ 'ਤੇ ਮੈਂ ਅੰਮ੍ਰਿਤਸਰ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਵਾਂ ਔਰ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਉਹਨਾਂ ਦਾ ਜਿਹੜਾ ਟਾਈਮ ਆ ਬੜਾ ਸੁੱਖਾ ਭਰਿਆ ਹੋਵੇ ਔਰ ਆਉਣ ਵਾਲਾ ਵਰ੍ਹਾ ਜਿਹੜਾ ਹੈ ਉਹ ਵੀ ਬਹੁਤ ਸੁਖਾਲਾ ਉਹਨਾਂ ਦਾ ਨਿਕਲੇ। ਔਰ ਇਸੇ ਹੀ ਨਾਲ ਨਾਲ ਕਿਉਂਕਿ ਆਪਾਂ ਕੋਵਿਡ ਦੀ ਮਹਾਂਮਾਰੀ ਦੇ ਨਾਲ ਵੀ ਜੂਝ ਰਹੇ ਹਾਂ, ਤਾਂ ਮੈਂ ਸਾਰਿਆਂ ਨੂੰ ਰਿਕੁਐਸਟ ਕਰੂੰਗਾ ਕਿ ਜਦੋਂ ਵੀ ਕੋਈ ਫੈਸਟੀਵਲ ਸੈਲੀਬ੍ਰੇਟ ਕਰਦੇ ਆ ਉਦੋਂ COVID-19 ਦੀਆਂ ਜਿਹੜੀਆਂ ਗਾਈਡਲਾਈਨਸ ਆ ਉਹਨਾਂ ਨੂੰ ਜ਼ਰੂਰ ਮੱਦੇਨਜ਼ਰ ਰੱਖਣ। ਨਾਲ ਦੀ ਨਾਲ ਹੀ ਸਰਕਾਰ ਦੀਆਂ ਜਿਹੜੀਆਂ ਹਦਾਇਤਾਂ ਨੇ ਪਟਾਕਿਆਂ ਦੇ ਸੰਬੰਧ ਦੇ ਵਿੱਚ ਕਿ 2 ਘੰਟੇ ਵਾਸਤੇ ਜਿਹੜੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਗਾਈਡਲਾਈਨਸ ਦੇ ਮੁਤਾਬਕ ਅਲਾਓ ਕੀਤੇ ਗਏ ਆ, ਉਹਦੀ ਵੀ ਸਖਤੀ ਨਾਲ ਸਾਰੇ ਸ਼ਹਿਰ ਨਿਵਾਸੀ ਜਿਹੜੇ ਉਹ ਪਾਲਣਾ ਕਰਨ, ਤਾਂ ਜੋ ਆਪਾਂ ਕਿਸੇ ਵੀ ਤਰ੍ਹਾਂ ਦੇ ਪ੍ਰਦੂਸ਼ਣ ਤੋਂ ਜਾਂ ਅਣਸੁਖਾਵੀਂ ਘਟਨਾ ਤੋਂ ਵੀ ਬਚ ਸਕੀਏ। ਅਖੀਰ 'ਤੇ ਮੈਂ ਸਾਰਿਆਂ ਨੂੰ ਫਿਰ ਤੋਂ ਦੀਵਾਲੀ ਦੇ ਇਸ ਅਵਸਰ 'ਤੇ ਬਹੁਤ ਸ਼ੁਭਕਾਮਨਾਵਾਂ ਦਿੰਦਾ। ਥੈਂਕ ਯੂ।